ਸਾਲ 2015 'ਚ ਸਰਬੱਤ ਖਾਲਸਾ ਮੌਕੇ ਐਲਾਨੇ ਗਏ ਜਥੇਦਾਰ ਅਕਾਲ ਤਖਤ ਸਾਹਿਬ ਜਗਤਾਰ ਸਿੰਘ ਹਵਾਰਾ ਜੋ ਕਿ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਨੇ ਇਸ ਵੇਲੇ, ਉਹਨਾਂ ਦਾ ਕੌਮ ਦੇ ਨਾਂ ਇੱਕ ਹੋਰ ਸੰਦੇਸ਼ ਅੱਜ ਗੁਰਪੁਰਬ ਦਾ ਮੌਕਾ ਹੈ, ਪ੍ਰਕਾਸ਼ ਦਿਹਾੜਾ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ। ਇਸ ਮੌਕੇ ਉਹਨਾਂ ਦੇ ਜੋ ਨਿੱਜੀ ਸਲਾਹਕਾਰ ਕਮੇਟੀ ਹੈ ਜਿਹਦੇ 'ਚ ਸਰਦਾਰ ਹਰਮਿੰਦਰ ਸਿੰਘ ਨੇ ਜੋ ਇਸ ਵੇਲੇ ਮੇਰੇ ਨਾਲ ਮੌਜੂਦ ਨੇ, ਉਹ ਦੱਸਣਗੇ ਕਿ ਇਹ ਜੋ ਸੰਦੇਸ਼ ਹੈ ਜਿਸ 'ਤੇ ਹਸਤਾਖਰ ਵੀ ਨੇ ਜਥੇਦਾਰ ਹਵਾਰਾ ਦੇ, ਜੋ ਦਾਅਵਾ ਕੀਤਾ ਜਾ ਰਿਹਾ ਹੈ, ਹੱਥ ਲਿਖਤ ਹੈ ਇਹ ਦਿੱਤਾ ਗਿਆ ਹੈ, ਅਤੇ ਇਹ ਕੀ ਹੈ ਸੰਦੇਸ਼? ਅਤੇ ਪਰ ਹਰਮਿੰਦਰ ਸਿੰਘ ਜੀ, ਮੈਂ ਸਭ ਤੋਂ ਪਹਿਲਾਂ ਤਾਂ ਇਹ ਪੁੱਛਣਾ ਚਾਹਾਂਗਾ ਕਿ ਇਹ ਕਦੋਂ ਜਾਰੀ ਹੋਇਆ ਅਤੇ ਤੁਸੀਂ ਆਖਰੀ ਮੁਲਾਕਾਤ ਜੇਲ੍ਹ 'ਚ ਜਥੇਦਾਰ ਹਵਾਰਾ ਨਾਲ ਕਦੋਂ ਕੀਤੀ ਹੈ? ਇਹ ਜੀ, ਇਹ ਆਪਣਾ ਇਸ 'ਤੇ ਤਰੀਕ ਵੀ ਲਿਖੀ ਹੋਈ ਹੈਗੀ ਆ, ਜੇ ਤੁਸੀਂ ਹਾਂਜੀ 14 ਅਕਤੂਬਰ ਦੀ, ਔਰ ਇਹ ਇੱਕ ਮਹੀਨਾ ਪਹਿਲੇ ਜਥੇਦਾਰ ਸਾਹਿਬ ਨੇ ਜਾਰੀ ਕੀਤਾ ਸੀਗਾ, ਔਰ ਇਹਦੇ ਉੱਤੇ ਲੇਕਿਨ ਅਸੀਂ ਇਹਦੇ 'ਚ ਪ੍ਰੈਸ ਰਿਲੀਜ਼ ਇਹਦੀ ਕੱਢਣ 'ਚ ਮਹੀਨਾ ਪੂਰਾ ਦਾ ਟਾਈਮ ਲਾਇਆ, ਕਿਉਂਕਿ ਇਹਦੇ ਪੂਰੀ ਸੀਰੀਜ਼ ਆਫ ਡਿਸਕਸ਼ਨਾਂ ਚੱਲੀਆਂ ਹੈਗੀਆਂ ਸਾਰੇ ਪਾਸੇ। ਔਰ ਅੱਜ ਜਿਹੜਾ ਹੈਗਾ, ਆਪਾਂ ਇਸ ਚੀਜ਼ ਦਾ ਐਲਾਨ ਜਥੇਦਾਰ ਸਾਹਿਬ ਨੂੰ ਮੈਂ ਕੱਲ੍ਹ ਮਿਲ ਕੇ ਆਇਆ ਹੈਗਾ, ਕੱਲ੍ਹ ਫਰਾਈਡੇ, ਹਰ ਮੰਗਲਵਾਰ ਅਤੇ ਸ਼ੁੱਕਰਵਾਰ ਉਹਨਾਂ ਦੀ ਮੁਲਾਕਾਤ ਹੁੰਦੀ ਆ, ਅਤੇ ਕੱਲ੍ਹ ਮੈਂ ਉਹਨਾਂ ਦਾ ਹੋਰ ਇਹਦੇ ਵਿੱਚ 3 ਪੁਆਇੰਟ ਉਹਨਾਂ ਨੇ ਐਡ ਕਰਵਾਏ ਸੀਗੇ, ਉਹ ਵੀ ਮੈਂ ਕੱਲ੍ਹ ਲੈ ਕੇ ਆਇਆ ਹੈਗਾ। ਅਤੇ ਉਹਦੇ ਵਿੱਚ ਮੇਨ ਉਹਨਾਂ ਨੇ ਜਿਹੜੀ ਪੁਆਇੰਟ ਇਹਦੇ 'ਚ ਹਾਈਲਾਈਟ ਕੀਤਾ ਕੱਲ੍ਹ, ਕਿ ਇਹਦੇ ਵਿੱਚ ਸਾਰੀ ਜਥੇਬੰਦੀਆਂ ਦਾ ਔਰ ਸਮੂਹ ਸਿੱਖ ਜਗਤ ਦੇ ਇਹਦੇ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਦੀ ਹਦਾਇਤ ਜਿਹੜੀ ਆ ਉਹਨਾਂ ਨੇ ਉਹ 15 ਮੈਂਬਰੀ ਨੂੰ ਕੀਤੀ ਹੈਗੀ ਹੈ, ਜਿਹੜੀ ਕਿ ਸਤੰਬਰ ਦੇ ਵਿੱਚ ਬਣੀ ਸੀਗੀ ਜਥੇਦਾਰ ਹਵਾਰਾ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ। ਅਤੇ ਅੱਜ ਉਹਨਾਂ ਨੇ ਇਹੀ ਕਿਹਾ ਕਿ ਹੁਣ, ਕਿਉਂਕਿ ਕੰਮ ਬਹੁਤ ਸਮਾਂ ਤੋਂ ਚੱਲਦਾ ਪਿਆ, 3 ਸਾਲ, ਕਿਉਂਕਿ ਮੈਨੂੰ ਜਥੇਦਾਰ ਸਾਹਿਬ ਨੂੰ ਮਿਲਦੇ ਹੋਏ 5 ਸਾਲ ਹੋ ਗਏ ਹੈਗੇ, ਔਰ ਮੈਂ ਉਹਨਾਂ ਦੇ ਕਹੇ 'ਤੇ ਪਿਛਲੇ 5 ਸਾਲ ਤੋਂ ਇਸ ਦੇ ਉੱਤੇ ਕੰਮ ਕਰ ਰਹੇ ਹਾਂ, ਬਈ ਆਪਾਂ ਸਿੱਖ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠਾ ਕਰੀਏ। ਇਕੱਲਾ ਮੈਂ ਹੀ ਨਹੀਂ, ਜਿਹੜੀ ਉਹਨਾਂ ਦੀ ਪੂਰੀ ਟੀਮ ਹੈਗੀ ਆ, ਅਤੇ ਇਹ ਅਸੀਂ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਸੀਗੇ, ਔਰ ਵਿੱਚ 2015 ਦੇ ਵਿੱਚ ਸਰਬੱਤ ਖਾਲਸਾ ਹੋਇਆ, ਉਹਦੇ ਵਿੱਚ ਵੀ ਇਹ ਮਤਾ ਸਰਵਸੰਮਤੀ ਦੇ ਨਾਲ ਪਾਸ ਹੋਇਆ ਕਿ ਸਿੱਖਾਂ ਨੂੰ ਇੱਕ ਵਰਲਡ ਸਿੱਖ ਪਾਰਲੀਮੈਂਟ ਦੀ ਲੋੜ ਹੈ, ਜਿਹੜੀ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰੇਗੀ, ਉਹਨਾਂ ਦੇ ਮਸਲਿਆਂ ਦੇ ਉੱਤੇ ਸਿਰ ਜੋੜ ਕੇ ਜਿੰਨੇ ਵੀ ਬੁੱਧੀਜੀਵੀ ਹੈਗੇ ਉਹਨਾਂ ਸਾਰਿਆਂ ਨੂੰ ਨਾਲ ਬਿਠਾ ਕੇ, ਅਤੇ ਉਹਨਾਂ ਦੇ ਉੱਤੇ ਅਸੀਂ ਆਪਣੇ ਫੈਸਲੇ ਲਵਾਂਗੇ, ਡਿਸੀਜਨ ਲਵਾਂਗੇ, ਅਤੇ ਉਹਦੇ ਬਣਾਉਣ ਦੀ ਲੋੜ ਸਾਰਿਆਂ ਨੇ ਮਹਿਸੂਸ ਕੀਤੀ ਹੈ, ਭਾਵੇਂ ਉਹ ਕਿਸੇ ਵੀ ਧਿਰ ਨਾਲ ਸੰਬੰਧਿਤ ਹੋਏ। ਕੋਈ ਵੀ ਦੁਨੀਆ ਦਾ ਇਹੋ ਜਿਹਾ ਸਿੱਖ ਨਹੀਂ ਹੈਗਾ ਜਿਹੜਾ ਕਹਿੰਦਾ ਵੀ ਵਰਲਡ ਸਿੱਖ ਪਾਰਲੀਮੈਂਟ ਲੋੜ ਨਹੀਂ ਹੈਗੀ। ਅਤੇ ਤੁਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਕੀਤੀ ਹੈ, ਇਹਦਾ ਸਟਰਕਚਰ ਕੀ ਹੋਏਗਾ? ਆਪਾਂ ਅਗਲੀ ਗੱਲ ਬਾਅਦ 'ਚ ਕਰਦੇ ਹਾਂ, ਪਹਿਲਾਂ ਇਹਦਾ ਸਟਰਕਚਰ ਕੀ ਹੋਏਗਾ, ਕਿਸ ਤਰ੍ਹਾਂ ਇਹਦੇ ਮੈਂਬਰ ਹੋਣਗੇ ਜਾਂ ਕਿਸ ਤਰ੍ਹਾਂ ਚੋਣ ਹੋਇਆ ਕਰੇਗੀ, ਜੋ ਔਰਗਨਾਈਜੇਸ਼ਨਲ ਸਟਰਕਚਰ ਹੈ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ। ਦੇਖੋ, ਹਾਲੇ ਇਹ ਸਾਰੀ ਚੀਜ਼ਾਂ ਫੇਸ ਵਾਈਜ਼ ਹੋਣੀਆਂ ਹੈਗੀਆਂ, ਇਹ ਕਿਉਂਕਿ ਇਹ ਕੋਈ ਛੋਟੀ ਚੀਜ਼ ਨਹੀਂ, ਬਹੁਤ ਵੱਡੀ ਚੀਜ਼ ਹੈ। ਸਿੱਖ ਕੌਮ ਇੱਕ ਬਹੁਤ ਵੱਡੀ ਕੌਮ ਹੈਗੀ ਹੈ, ਅਤੇ ਉਨੇ ਹੀ ਵੱਡੇ ਉਹਦੇ ਮਸਲੇ ਹੈਗੇ ਆ, ਉਨੇ ਹੀ ਚੈਲੇਂਜ ਹੈਗੇ ਆ, ਅਤੇ ਇਹ ਇੱਕ ਬਹੁਤ ਵੱਡੀ ਚੀਜ਼ ਹੈਗੀ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਫੇਸ ਵਾਈਜ਼ ਹੋ ਰਹੀਆਂ। ਪਹਿਲਾ ਫੇਸ ਜਿਹੜਾ ਇਹਦਾ ਇਹ ਸੀਗਾ ਕਿ ਇਹਦੇ ਉੱਤੇ ਕੰਮ ਕੀਤਾ ਜਾਏ, ਅਤੇ ਕੰਮ ਕਰਨ ਵਾਸਤੇ ਇੱਕ 15 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਜਥੇਦਾਰ ਹਵਾਰਾ ਸਾਹਿਬ ਦੇ ਕਹਿਣ ਦੇ ਉੱਤੇ, ਉਹਨਾਂ ਦੇ ਹੁਕਮ 'ਤੇ ਬਣੀ ਵੀ ਤੁਸੀਂ ਇਹਦੇ ਉੱਤੇ ਕੰਮ ਕਰਨਾ ਹੈ। ਔਰ ਇਹ ਕੋਆਰਡੀਨੇਸ਼ਨ ਕਮੇਟੀ ਜਦੋਂ ਇਹ 150 ਮੈਂਬਰੀ ਬਣਾ ਲਏਗੀ, 150 ਵੀ ਮੈਂਬਰੀ ਇੱਕ ਫਿਗਰ ਅਸੀਂ ਦਿੱਤੀ ਹੈਗੀ ਹੈ, ਕੋਈ ਉਹਦੀ ਅਸੀਂ ਸੌ ਨਹੀਂ ਖਾਧੀ 150 ਦੀ, ਇਹ 150 ਦੀ 300 ਵੀ ਹੋ ਸਕਦੀ ਹੈ, 400 ਵੀ ਹੋ ਸਕਦੀ, ਜਿੱਦਾਂ ਜਿੱਦਾਂ ਨੁਮਾਇੰਦਗੀਆਂ ਉਹਦੇ ਵਿੱਚ ਆਉਣਗੀਆਂ। ਅਲਟੀਮੇਟ ਮਕਸਦ ਇਹ ਹੈਗਾ ਕਿ ਉਹ ਜਦੋਂ ਸਾਰੇ ਇੱਕ ਬਣ ਜਾਏਗੀ, ਤਾਂ ਹੀ 25 ਤਰੀਕ ਦੀ ਹੁਣੇ ਡੇਟ ਵੀ ਕਹੀ ਹੈਗੀ, 25 ਨਵੰਬਰ ਦੀ ਡੇਟ ਕੱਢੀ ਹੈਗੀ ਆ, ਵੀ ਉਦੋਂ ਫਸਟ ਅਸੀਂ ਟਾਰਗੇਟ 150 ਦਾ ਰੱਖਿਆ ਹੈਗਾ, ਅਤੇ ਉਹਦੇ ਵਿੱਚ ਉਹ 150 ਮੈਂਬਰੀ ਬਣੇਗੀ। 150 ਮੈਂਬਰੀ ਬਣਨ ਤੋਂ ਬਾਅਦ 15 ਮੈਂਬਰੀ ਜਿਹੜੀ ਕੋਆਰਡੀਨੇਸ਼ਨ ਦੀ, ਜਿਹਨੇ ਉਹਦੇ ਉੱਤੇ ਸਾਰਿਆਂ ਨੂੰ ਇਕੱਠੇ ਕਰਨ ਦਾ ਕੰਮ ਕੀਤਾ, ਉਹ ਭੰਗ ਹੋ ਜਾਏਗੀ।
ਤਾਂ ਔਰ ਭੰਗ ਕਿਉਂ ਹੋਏਗੀ? ਕਿਉਂਕਿ ਜਿਹੜੀ ਇਹ 150 ਮੈਂਬਰੀ ਜਦੋਂ ਬੈਠਣਗੇ ਸਾਰੇ, ਜਦੋਂ ਇੱਕ ਇਜਲਾਸ ਹੋਏਗਾ ਉਹਦੇ ਵਿੱਚ ਸਾਰੇ ਆ 150 ਮੈਂਬਰ ਬੈਠਣਗੇ, ਔਰ ਇਹ 150 ਮੈਂਬਰ ਬੈਠ ਕੇ ਡਿਸਾਈਡ ਕਰਨਗੇ ਕਿ ਇਹਦਾ ਕੀ ਢਾਂਚਾ ਕੀ ਬਣਨਾ ਹੈ, ਇਹਦਾ ਸਟਰਕਚਰ ਕੀ ਬਣਨਾ ਹੈ, ਇਹਦਾ ਵਿਧੀ ਵਿਧਾਨ ਕੀ ਹੋਏਗਾ, ਔਰ ਕਿਸ ਤਰੀਕੇ ਦੇ ਨਾਲ ਆਪਾਂ ਅੱਗੇ ਤੁਰਨਾ ਇਹ, ਕਿਉਂਕਿ ਬਹੁਤ ਇਹਦੇ ਵਿੱਚ ਬਹੁਤ ਜ਼ਿਆਦਾ ਗ੍ਰਿਲ ਕਰਨ ਦੀ ਲੋੜ ਹੈਗੀ ਹੈ। ਇਸ ਕਰਕੇ ਹਾਲੇ ਤੁਸੀਂ ਜੋ ਸਵਾਲ ਪੁੱਛੇ ਉਹਨਾਂ ਦਾ ਮੈਂ ਜਵਾਬ ਨਹੀਂ ਦੇ ਸਕਦਾ, ਕਿਉਂਕਿ ਇਹ ਸਾਰੀ ਕੌਮ ਨੇ ਇਹ ਡਿਸਾਈਡ ਕਰਨਾ ਹੈ ਵੀ ਉਹਦਾ ਢਾਂਚਾ ਕੀ ਹੋਏਗਾ, ਇਹਦਾ ਵਿਧੀ ਵਿਧਾਨ ਕੀ ਹੋਏਗਾ। ਉਹ 25 ਤਰੀਕ ਨੂੰ ਜਦੋਂ ਇਹ ਬਣ ਜਾਏਗੀ 150 ਮੈਂਬਰੀ, ਫਿਰ ਉਹਨਾਂ ਦਾ ਇਜਲਾਸ ਹੋਏਗਾ, ਉਹਦੇ ਵਿੱਚ ਬੈਠ ਕੇ ਉਹ ਸਾਰੇ ਦੇ ਉੱਤੇ ਫੈਸਲਾ ਕਰਨਗੇ। ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਕੀਤੀ ਹੈ ਤੁਸੀਂ, ਪਰ ਸਿੱਖਾਂ ਦੀ ਬਾਰੇ ਜੋ ਸੰਸਥਾਵਾਂ ਨੇ ਆਲਰੇਡੀ ਬਹੁਤ ਨੇ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਵੱਖ ਵੱਖ ਗੁਰਦੁਆਰਾ ਸਾਹਿਬਾਂ ਦੇ ਬੋਰਡ ਨੇ ਉਹਨਾਂ ਦੀ ਮੈਨੇਜਮੈਂਟ ਕਰਨ ਵਾਲੇ, ਜਾਂ ਹੋਰ ਸੰਸਥਾਵਾਂ ਨੇ, ਉਹਨਾਂ 'ਚ ਤਾਂ ਇਹ ਵਰਲਡ ਸਿੱਖ ਪਾਰਲੀਮੈਂਟ 'ਚ ਕੀ ਅੰਤਰ ਹੋਏਗਾ, ਜਾਂ ਕੀ ਇਹਨਾਂ 'ਚ ਆਪਸ 'ਚ ਕੋਈ ਤਾਲਮੇਲ ਹੋਏਗਾ, ਜਾਂ ਕੀ ਰੂਪਰੇਖਾ ਹੋਏਗੀ ਇਹ ਸਾਰੀ? ਦੇਖੋ, ਜਿੰਨੇ ਵੀ ਗੁਰਦੁਆਰਾ ਬੋਰਡ ਹੈਗੇ ਆ ਉਹਨਾਂ ਦਾ ਪ੍ਰਾਈਮ ਕੰਮ ਤਾਂ ਹੈਗਾ ਉੱਥੇ ਉਹਦੇ ਅੰਡਰ ਜਿਹੜੇ ਇੰਸਟੀਟਿਊਸ਼ਨ ਆਉਂਦੇ ਆ, ਜਿਹੜੇ ਗੁਰਦੁਆਰੇ ਆਉਂਦੇ ਆ, ਉਹਨਾਂ ਦਾ ਪ੍ਰਬੰਧ ਸੰਭਾਲਣਾ, ਔਰ ਉਹਦੇ ਨਾਲ ਹੀ ਜਿਹੜੇ ਸਿੱਖ ਕੌਮ ਨੂੰ ਚੈਲੇਂਜ ਆਉਂਦੇ ਹੈਗੇ ਆ ਉਹਨਾਂ ਦੇ ਉੱਤੇ ਵੀ ਆਪਣੀ ਰਿਪ੍ਰੈਜੈਂਟੇਸ਼ਨ ਸਾਰੇ ਦਿੰਦੇ ਹੈਗੇ ਆ, ਭਾਵੇਂ ਉਹ ਸ਼੍ਰੋਮਣੀ ਕਮੇਟੀ ਹੈ, ਭਾਵੇਂ ਉਹ ਦਿੱਲੀ ਕਮੇਟੀ ਹੈਗੀ ਹੈ, ਭਾਵੇਂ ਹੋਰ ਵੀ ਗੁਰਦੁਆਰਾ ਬੋਰਡ ਹੈਗੇ ਆ, ਸਾਰੇ ਆਪਣੇ ਸਿੱਖ ਇਸ਼ੂਆਂ ਦੇ ਉੱਤੇ ਆਪਣਾ ਸਟੈਂਡ ਲੈਂਦੇ, ਉਹਦੇ ਵਿੱਚ ਉਹ ਆਪਣਾ ਸਹਿਯੋਗ ਵੀ ਕਰਦੇ ਹੈਗੇ। ਲੇਕਿਨ ਕਿਉਂਕਿ ਉਹ ਮੌਜੂਦਾ ਸਰਕਾਰਾਂ ਦੇ ਸਿਸਟਮ ਦੇ ਹੇਠ ਉਹ ਚੱਲਦੇ ਹੈਗੇ ਆ, ਜੇ ਅਸੀਂ ਗੱਲ ਕਰੀਏ ਕਿਉਂਕਿ ਉਹ ਹਿੰਦੁਸਤਾਨ ਦੇ ਵਿੱਚ ਹੈਗੇ ਆ, ਤਾਂ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਉਹ ਚੱਲਦੇ ਹੈਗੇ ਆ, ਔਰ ਉੱਥੇ ਦੀ ਜਿਹੜੀ ਰਾਜਨੀਤਿਕ ਜੋ ਡਾਇਨਾਮਿਕਸ ਹੈਗਾ ਉਹਦੇ ਅੰਡਰ ਕੰਟਰੋਲ ਹੋ, ਕਿਤੇ ਨਾ ਕਿਤੇ ਉਹਦੇ ਕੰਟਰੋਲ 'ਚ ਚੱਲਦੇ ਹੈਗੇ ਆ। ਇਹ ਸੱਚ ਹੈਗਾ ਜਿਹੜਾ ਸਾਨੂੰ ਐਕਸੈਪਟ ਕਰਨਾ ਚਾਹੀਦਾ ਹੈਗਾ, ਭਾਵੇਂ ਚਾਹੇ ਉਹ ਦਿੱਲੀ ਹੋਵੇ, ਭਾਵੇਂ ਉਹ ਪੰਜਾਬ ਹੋਵੇ, ਭਾਵੇਂ ਉਹ ਨਾਂਦੇੜ ਹੋਵੇ ਹਜ਼ੂਰ ਸਾਹਿਬ, ਉੱਥੇ ਵੀ ਤੁਸੀਂ ਦੇਖੋ ਸਭ ਜਗ੍ਹਾ ਇਹ ਹੈਗਾ ਕਿ ਉੱਥੇ ਦੀ ਜੋ ਵੀ ਰਾਜਨੀਤਿਕ ਉੱਥੇ ਦਾ ਢਾਂਚਾ ਹੈਗਾ ਉਹਦਾ ਇਨਫਲੂਐਂਸ ਉਹਨਾਂ ਕਮੇਟੀਆਂ ਦੇ ਉੱਤੇ ਰਹਿੰਦਾ ਹੀ ਹੈਗਾ, ਜਿਹਦੇ ਕਰਕੇ ਕਿ ਉਹ ਇੱਕ ਆਜ਼ਾਦ ਤੌਰ 'ਤੇ ਸਿੱਖਾਂ ਦੀ ਜਿਹੜੀ ਭਾਵਨਾਵਾਂ ਦੀ ਨੁਮਾਇੰਦਗੀ ਨਹੀਂ ਕਰ ਪਾਉਂਦੇ, ਉੱਥੇ ਕੋਈ ਨਾ ਕੋਈ ਉਹਨਾਂ ਦੀ ਮਜਬੂਰੀਆਂ ਰਹਿੰਦੀਆਂ ਹੈਗੀਆਂ, ਜਿਹਦੇ ਕਰਕੇ ਕਿ ਉਹ ਗੱਲ ਠੱਪ ਜਾਂਦੀ ਹੈਗੀ। ਉਹਨਾਂ 'ਚ ਇੱਕ ਮੈਂ ਐਗਜ਼ਾਮਪਲ ਦੇ ਤੌਰ 'ਤੇ ਕਹਾਂਗਾ ਕਿ ਰਾਮ ਰਹੀਮ ਵਾਲੀ ਜਿਹੜੀ ਗੱਲ ਹੈਗੀ, ਜਿਹੜੀ ਉਹਨੂੰ ਮਾਫੀ ਦੇਣ ਦੀ ਜਿਹੜੀ ਗੱਲ ਹੋਈ ਹੈਗੀ, ਇੱਕ ਐਗਜ਼ਾਮਪਲ ਦੇ ਤੌਰ 'ਤੇ ਗੱਲ ਹੈਗੀ ਆ ਕਿ ਦੇਖੋ ਜਿਹਨੂੰ ਅੱਜ ਕੋਰਟ ਨੇ ਵੀ ਉਹਨੂੰ ਬਲਾਤਕਾਰੀ ਸਾਬਤ ਕੀਤਾ ਹੈਗਾ, ਸਜ਼ਾ ਵੀ ਦਿੱਤੀ 20 ਸਾਲ ਦੀ, ਅਕਾਲ ਦਾ ਤਖ਼ਤ ਹੋਵੇ ਜਿਹੜਾ ਕਿਸੇ ਦੇ ਦਾਇਰੇ 'ਚ ਨਹੀਂ ਆਉਂਦਾ, ਉਹਦਾ ਜਥੇਦਾਰ ਹੋਵੇ, ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਅਪੁਆਇੰਟਿਡ ਹੋਵੇ ਜਿਹੜੇ ਢਾਂਚੇ ਦੀ ਆਪਾਂ ਗੱਲ ਕਰ ਰਹੇ ਹਾਂ, ਔਰ ਉਹ ਉਹਨੂੰ ਮਾਫ਼ ਕਰ ਦੇਵੇ, ਫਿਰ ਉਸ ਤੋਂ ਬਾਅਦ ਪੂਰੀ ਸਰਕਾਰ ਕਰੋੜਾਂ ਰੁਪਏ ਲਾ ਕੇ ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੇ, ਅਖਬਾਰਾਂ ਦੇ ਵਿੱਚ ਐਡਾਂ ਦੇਵੇ, ਔਰ ਦਿੱਲੀ ਕਮੇਟੀ ਵੀ ਉਹਨਾਂ ਦੇ ਨਾਲ ਰਲ ਕੇ ਉਹਨਾਂ ਨੇ ਸਾਰਿਆਂ ਨੇ ਰਲ ਕੇ ਜਸਟੀਫਾਈ ਕੀਤਾ ਵੀ ਡਿਸੀਜਨ ਠੀਕ ਸੀਗਾ। ਲੇਕਿਨ ਹੁਣ ਦੇਖੋ ਸੰਗਤ ਨੇ ਫਿਰ ਇਸ ਚੀਜ਼ ਦਾ ਡੱਟ ਕੇ ਵਿਰੋਧ ਕੀਤਾ, ਡੱਟ ਕੇ ਇਹੋ ਜਿਹਾ ਵਿਰੋਧ ਹੋਇਆ ਪੂਰੀ ਦੁਨੀਆ ਦੇ ਸਿੱਖਾਂ ਨੇ ਵਿਰੋਧ ਕੀਤਾ, ਔਰ ਵਿਰੋਧ ਕੀਤਾ ਅਤੇ ਫਿਰ ਉਹਨਾਂ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ। ਦੇਖੋ ਤੁਸੀਂ ਜ਼ਿਕਰ ਕੀਤਾ ਕਿ ਰਾਜਸੀ ਜਿਹੜਾ ਹੈਗਾ, ਇਨਫਲੂਐਂਸ ਜਿਹੜਾ ਹੈਗਾ, ਇੰਡੀਆ ਦੀ ਗੱਲ ਕਰੀਏ, ਭਾਵੇਂ ਬ੍ਰਿਟਿਸ਼ ਸਾਮਰਾਜ ਵੇਲੇ ਤੋਂ ਸਿੱਖ ਗੁਰਦੁਆਰਾ ਐਕਟ ਬਣਿਆ, ਹੋਰ ਕਾਨੂੰਨ ਬਣੇ ਸੰਵਿਧਾਨ ਦੇ ਵਿੱਚ ਲੋੜ ਮੁਤਾਬਕ ਜੋ ਸੋਧਾਂ ਹੋਈਆਂ ਨੇ ਜਾਂ ਨਵੇਂ ਕਾਨੂੰਨ ਬਣੇ ਨੇ, ਹੁੰਦੇ ਵੀ ਰਹਿੰਦੇ ਨੇ ਅੱਗੇ ਵੀ, ਸਿੱਖ ਮੈਰਿਜ ਐਕਟ ਵੀ ਇੱਕ ਭਾਰਤੀ ਸੰਵਿਧਾਨ ਦਾ ਹੀ ਇੱਕ ਜਿਹੜਾ ਹੈਗਾ ਉਹਦਾ ਨੁਕਤਾ ਹੈ। ਜਿਹੜੀ ਵਰਲਡ ਸਿੱਖ ਪਾਰਲੀਮੈਂਟ ਹੈ ਉਹਦਾ ਜਿਹੜਾ ਸੰਵਿਧਾਨਕ ਆਧਾਰ ਕੀ ਹੋਏਗਾ, ਕਿ ਉਹ ਭਾਰਤ ਦੇ ਸੰਵਿਧਾਨ ਤੋਂ ਤਵੱਕੋ ਕਰੇਗੀ ਕਿ ਉਹਨੂੰ ਕੋਈ ਮਾਨਤਾ, ਸੰਵਿਧਾਨਕ ਮਾਨਤਾ ਮਿਲੇ, ਜਾਂ ਦੁਨੀਆ ਦੇ ਕਿਸੇ ਵੀ ਹੋਰ ਦੇਸ਼, ਜਿਵੇਂ ਕਿ ਸਿੱਖਾਂ ਦਾ ਜਿਹੜਾ ਸੰਬੰਧ ਹੈ ਹੁਣ ਭਾਰਤ ਨਾਲ ਨਹੀਂ ਰਹਿ ਗਿਆ, ਪੂਰੇ ਦੇਸ਼ 'ਚ, ਪੂਰੇ ਸੰਸਾਰ ਦੇ ਵਿੱਚ ਸਿੱਖ ਜਿਹੜੇ ਨੇ ਬੜੀਆਂ ਉੱਚੀਆਂ ਪਦਵੀਆਂ 'ਤੇ ਬੈਠੇ ਨੇ, ਕਿ ਇਸ ਤਰ੍ਹਾਂ ਦੇ ਕੁਝ ਅਗਲਾ ਜਿਹੜਾ ਪ੍ਰੋਗਰਾਮ ਹੈ? ਦੇਖੋ ਇਹ ਪੂਰੇ ਵਰਲਡ ਦਾ ਬਣ ਰਿਹਾ, ਹਰ ਕੰਟਰੀ ਦੀ ਆਪਣੀ ਇੱਕ ਸੰਵਿਧਾਨਕ ਢਾਂਚਾ ਹੈਗਾ,
ਤੇ ਹੁਣ ਇਦਾਂ ਆਪਾਂ ਵੀ ਇਸ ਗੱਲ ਨੂੰ ਸਮਝਦੇ ਹੈਗੇ ਆ ਕਿ ਸਾਰੇ ਕੰਟਰੀਆਂ ਦੇ ਸੰਵਿਧਾਨਿਕ ਢਾਂਚੇ ਆਪਣੇ ਆਪਣੇ ਹਿਸਾਬ ਨਾਲ ਕੰਮ ਕਰਦੇ ਹੈਗੇ ਆ, ਤੇ ਜਿਹੜੀ ਕਿਉਂਕਿ ਸਿੱਖ ਧਰਮ ਇੱਕ ਵਰਲਡ ਰਿਲੀਜਨ ਹੈਗਾ, ਦੁਨੀਆ ਦਾ ਧਰਮ ਹੈਗਾ, ਬਾਬੇ ਨਾਨਕ ਦਾ ਸੰਦੇਸ਼ ਪੂਰੀ ਦੁਨੀਆ ਵਾਸਤੇ ਹੈਗਾ ਔਰ ਉਹਦੇ ਵਾਸਤੇ ਅਸੀਂ ਕੰਮ ਕਰਦੇ ਹੈਗੇ ਹਾਂ। ਹੁਣ ਹਿੰਦੁਸਤਾਨ 'ਚ ਤੁਸੀਂ ਦੇਖੋ ਕਿ ਇਹਨਾਂ ਨੇ ਰੋਹਿੰਗੀਆ ਜਿਹੜੇ ਸੀਗੇ ਮਿਆਂਮਾਰ ਬਾਰੇ, ਉਹਦੇ ਬਾਰੇ ਕੀ ਸਟੈਂਡ ਲਿਆ ਇੰਡੀਆ ਦੀ ਗੌਰਮੈਂਟ ਨੇ, ਲੇਕਿਨ ਸਿੱਖਾਂ ਨੇ ਉਸ ਕਿਉਂਕਿ ਅਸੀਂ ਭਾਈ ਕਨ੍ਹੱਈਆ ਜੀ ਦੇ ਉਹ ਵਾਰਸ ਹੈਗੇ ਹਾਂ, ਅਤੇ ਅਸੀਂ ਜੋ ਸਾਨੂੰ ਹੁਕਮ ਸੀਗਾ ਸਾਡੇ ਧਰਮ ਦੇ ਹਿਸਾਬ ਨਾਲ ਵੀ ਲੋੜਵੰਦ ਨੂੰ ਅਸੀਂ ਲੰਗਰ ਛਕਾਉਣਾ ਹੈਗਾ, ਅਤੇ ਅਸੀਂ ਲੋੜਵੰਦ ਨੂੰ ਲੰਗਰ ਛਕਾਉਣ ਗਏ, ਉਹਨਾਂ ਦੀ ਦਵਾਦਾਰੂ ਅਸੀਂ ਕੀਤੀ। ਅਤੇ ਇਹ ਕਿਉਂਕਿ ਅਸੀਂ ਜੇ ਅਸੀਂ ਇੱਥੇ ਦੇ ਦਾਇਰੇ 'ਚ ਰਹਿੰਦੇ ਤਾਂ ਅਸੀਂ ਸੋਚਦੇ ਵੀ ਨਾ ਉੱਧਰ ਝਾਤੀ ਮਾਰਨ ਦੀ, ਕੋਈ ਨਹੀਂ ਗਿਆ ਉੱਥੇ, ਉੱਥੇ ਯੂਨਾਈਟਿਡ ਨੇਸ਼ਨ ਰੈੱਡ ਕਰੋਸ ਵੀ ਨਹੀਂ ਵੜਿਆ ਜਾ ਕੇ, ਕਿਉਂਕਿ ਸਾਰੇ ਇੱਕ ਲੌਬੀ ਚੱਲ ਰਹੀ ਹੈਗੀ, ਇੱਕ ਹਿਸਾਬ ਨਾਲ ਜਿਹੜਾ ਇਸਲਾਮੋਫੋਬੀਆ ਚੱਲ ਰਿਹਾ ਸਾਰੇ ਪਾਸੇ, ਉਹ ਪੋਲਿਸੀ ਦੇ ਹਿਸਾਬ ਨਾਲ ਚੱਲ ਰਿਹਾ। ਲੇਕਿਨ ਕਿਉਂਕਿ ਸਿੱਖ ਧਰਮ ਜਿਹੜਾ ਹੈਗਾ ਉਹ ਬਾਬੇ ਨਾਨਕ ਦੇ ਕੰਸੈਪਟ 'ਤੇ ਚੱਲਦਾ ਹੈਗਾ ਔਰ ਉਹ ਵਰਲਡ ਦਾ ਕੰਸੈਪਟ ਹੈ, ਬਹੁਤ ਵੱਡਾ ਦਾਇਰਾ ਉਹਦਾ, ਬਹੁਤ ਵੱਡਾ ਦਾਇਰਾ। ਹੁਣ ਜਿਵੇਂ 25 ਅਕਤੂਬਰ ਨੂੰ ਦਿੱਲੀ ਦੇ ਅੰਦਰ RSS ਨੇ ਪ੍ਰੋਗਰਾਮ ਕਰਾਇਆ, ਉਹਦੇ ਵਿੱਚ ਉਹਨਾਂ ਦਾ ਸਾਰਾ ਜ਼ੋਰ ਲੱਗਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਸ਼ਟਰਵਾਦੀ ਸਾਬਤ ਕਰਨ ਦਾ। ਅਤੇ ਕਿਉਂਕਿ ਅਸੀਂ ਕਹਿੰਦੇ ਹੈਗੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਸੀਂ ਇੰਨਾ ਛੋਟਾ ਨਹੀਂ ਕਰ ਸਕਦੇ, ਉਹਨਾਂ ਨੂੰ ਤੁਸੀਂ ਸ਼ਿਵਾਜੀ ਜਾਂ ਮਹਾਰਾਣਾ ਪ੍ਰਤਾਪ ਨਾਲ ਨਹੀਂ ਜੋੜ ਸਕਦੇ ਜੋ ਇਹ ਆਪਣੀ ਫੋਟੋਆਂ 'ਚੋਂ ਸਾਰੀ ਜਗ੍ਹਾ ਦਿਖਾਉਂਦੇ ਆ। ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਕੰਸੈਪਟ ਹੈਗਾ, ਜੋ ਉਹਨਾਂ ਦਾ ਸਿਧਾਂਤ ਹੈ, ਉਹ ਪੂਰੇ ਉਹਦੇ ਵਿੱਚ ਪੂਰਾ ਬ੍ਰਹਿਮੰਡ ਆਉਂਦਾ ਹੈਗਾ, ਅਤੇ ਇਹ ਸਾਨੂੰ ਬੰਧਣਾ ਚਾਹੁੰਦੇ ਹੈਗੇ ਇੱਥੇ, ਜੋ ਕਿ ਪੋਸੀਬਲ ਨਹੀਂ ਹੈਗਾ। ਇਸ ਕਰਕੇ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਦਾਇਰਾ ਹੋਏਗਾ ਉਹ ਪੂਰਾ ਵਰਲਡ ਹੋਏਗਾ ਔਰ ਉਹ ਸਿੱਖ ਜਿੱਥੇ ਵੀ ਹੈਗਾ ਉਹਦੇ ਲੈਂਡ ਆਫ ਦੇ ਲਾਅ ਦੇ ਅੰਦਰ ਚੱਲਦਾ ਹੈਗਾ, ਉਹ ਚੱਲਦਾ ਰਹੇਗਾ। ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੈ, ਇੱਕ ਬਹੁਤ ਵੱਡੀ ਸੰਸਥਾ ਹੈ, ਸੰਵਿਧਾਨਕ ਅਖਤਿਆਰ ਹੈ ਉਸ ਨੂੰ, ਉਸ ਬਾਰੇ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਹੈ ਉਹਦੀ ਅਪਰੋਚ ਕੀ ਹੋਏਗੀ, ਖਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ 'ਤੇ ਕਾਬਜ਼ ਜੋ ਧਿਰ ਹੈ ਉਹਦੇ ਬਾਰੇ? ਦੇਖੋ, ਤੁਸੀਂ ਜਿਹੜਾ ਸਵਾਲ ਪੁੱਛਿਆ ਵੀ ਵਰਲਡ ਸਿੱਖ ਪਾਰਲੀਮੈਂਟ ਦੀ ਕੀ ਸੋਚ ਰਹੇਗੀ, ਅਤੇ ਇਹਦਾ ਜਦੋਂ ਵਰਲਡ ਸਿੱਖ ਪਾਰਲੀਮੈਂਟ ਬਣੇਗੀ ਤਾਂ ਉਹ ਆਪਣੀ ਸੋਚ ਦੱਸੇਗੀ ਵੀ ਉਹ ਕੀ ਸਟੈਂਡ ਲੈਂਦੀ, ਕੀ ਫੈਸਲੇ ਲੈਂਦੀ ਹੈਗੀ ਆ, ਅਤੇ ਇਹ ਤਾਂ ਇਹ ਅਧਿਕਾਰ ਖੇਤਰ ਉਹਨਾਂ ਦਾ ਹੋਏਗਾ ਕਿ ਉਹ ਉਸਦੇ ਉੱਤੇ ਕੀ ਸਟੈਂਡ ਲੈਂਦੇ ਹੈਗੇ, ਇਹ ਦੱਸਣ ਦੀ ਮੇਰੀ ਕਪੈਸਿਟੀ ਨਹੀਂ ਹੈਗੀ। ਹਾਂਜੀ, ਪਰ ਆਪਾਂ ਮੈਨੂੰ ਨਿੱਜੀ ਤੌਰ 'ਤੇ ਪੁੱਛੋਗੇ ਤਾਂ ਮੈਂ ਦੱਸ ਸਕਦਾ ਤੁਹਾਨੂੰ, ਜੇ ਮੈਂ ਆਪਣੇ ਐਜ਼ ਆ ਹਰਵਿੰਦਰ ਸਿੰਘ ਮੈਂ ਆਪਣੇ ਨਿੱਜੀ ਤੌਰ 'ਤੇ ਦੱਸ ਸਕਦਾ ਕਿ ਸ਼੍ਰੋਮਣੀ ਕਮੇਟੀ ਹੋਗੀ, ਦਿੱਲੀ ਕਮੇਟੀ ਹੋ ਗਈ, ਜਾਂ ਕਿਸੇ ਵੀ ਦੁਨੀਆ ਦੀ ਕੋਈ ਪ੍ਰਬੰਧਕ ਕਮੇਟੀ ਹੈਗੀ ਆ, ਉਹਦੇ ਵਿੱਚ ਜੇ ਕੋਈ ਐਡਮਿਨਿਸਟ੍ਰੇਟਿਵ ਫਾਲਟ ਹੈਗਾ, ਉਹਦੇ ਅੰਦਰ ਪ੍ਰਬੰਧਕੀ ਢਾਂਚੇ 'ਚ ਕੋਈ ਉਣਤਾਈ ਹੈਗੀ, ਉਹਨੂੰ ਠੀਕ ਕਰਨ ਵਾਸਤੇ ਵਰਲਡ ਸਿੱਖ ਪਾਰਲੀਮੈਂਟ ਨੂੰ ਕੰਮ ਕਰਨਾ ਚਾਹੀਦਾ, ਇਹ ਮੇਰਾ ਸੁਝਾਅ ਹੈਗਾ। ਬਹੁਤ ਵੱਡੇ ਕੈਨਵਸ ਦੀ ਗੱਲ ਜੋ ਸੰਕੇਤ ਮਿਲਦੇ ਨੇ ਕਿ ਜੋ ਵਰਲਡ ਸਿੱਖ ਪਾਰਲੀਮੈਂਟ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ ਕਿ ਸਰਬੱਤ ਖਾਲਸਾ ਵੱਲੋਂ ਜਿਹੜਾ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨਿਆ ਹੋਇਆ ਹੈ, ਜਾਂ ਕਿ ਪੈਰਲਲ ਗਿਆਨੀ ਗੁਰਬਚਨ ਸਿੰਘ ਜੋ ਜਥੇਦਾਰ ਨੇ, ਪਰ ਉਹ ਉਹਨਾਂ ਨੂੰ ਨਹੀਂ ਮੰਨਦੇ। ਉਹਨਾਂ ਨੇ ਖਾਸ ਕਰ ਰਾਮ ਰਹੀਮ ਨੂੰ ਮਾਫ਼ੀ ਦੀ ਗੱਲ ਕੀਤੀ ਹੈ ਕਿ ਇਹ ਇੱਕ ਉਕਾਈ ਹੈ ਜੋ ਉਸ ਨਿਜ਼ਾਮ ਜਾਂ ਉਸ ਸਿਸਟਮ ਦੇ ਵੱਲੋਂ ਕੀਤੀ ਗਈ ਹੈ। ਜਿਹੜਾ ਫਿਲਹਾਲ ਜੋ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ, ਇਹ ਗੱਲ ਅੱਗੇ ਕੀ ਰੂਪ ਲੈਂਦੀ ਹੈ, ਜਾਂ ਇਸ ਦਾ ਖਾਲਿਸਤਾਨ ਦੀ ਮੰਗ ਜਾਂ ਸਿੱਖਾਂ ਦੇ ਜਿੰਨੇ ਵੀ ਹੋਰ ਮਸਲੇ ਨੇ ਉਹਨਾਂ ਦੇ ਬਾਰੇ ਇਹਦਾ ਕੀ ਜਿਹੜਾ ਹੈਗਾ ਇਹਦਾ ਵਿਸ਼ਾ ਜੋ ਹੈ, ਇਹ ਜੋ ਵਿਸ਼ੇ ਨੇ ਇਹਨਾਂ ਦੇ ਉੱਤੇ ਇਹਦੀ ਕੀ ਰਾਏ ਹੋਏਗੀ, ਜਾਂ ਕੀ ਕਿਸ ਤਰ੍ਹਾਂ ਦੇ ਫੈਸਲੇ ਲੈਣਾ ਚਾਹੇਗੀ, ਉਹ ਬਾਅਦ ਦੀ ਗੱਲ ਹੈ। ਫਿਲਹਾਲ ਜੋ ਅੱਜ ਦੀ ਜੋ ਗੱਲ ਸੀ ਉਹ ਇਹ ਸੀ ਕਿ ਜਥੇਦਾਰ ਹਵਾਰਾ ਦਾ ਜੋ ਕੌਮ ਦੇ ਨਾਲ ਸੰਦੇਸ਼ ਹੈ, ਜਿਵੇਂ ਕਿ 2 ਸਾਲ ਪਹਿਲਾਂ ਵੀ ਆਇਆ ਸੀ ਕਿ ਉਹਨਾਂ ਨੇ ਜਦੋਂ ਸਰਬੱਤ ਖਾਲਸਾ ਬਾਰੇ ਜਦੋਂ ਉਹਨਾਂ ਨੇ ਸੱਦਾ ਦਿੱਤਾ ਸੀਗਾ ਸਿੱਖ ਪੰਥ ਨੂੰ, ਅਤੇ ਹੁਣ ਦੁਬਾਰਾ ਸੰਦੇਸ਼ ਆਇਆ ਕਿ ਹੁਣ ਵਰਲਡ ਸਿੱਖ ਪਾਰਲੀਮੈਂਟ ਬਣਾਈ ਜਾਏ, ਇਸ ਤੋਂ ਅੱਗੇ ਗੱਲ ਤੋਰੀ ਜਾਏ।